ਬਾਬਾ ਜੀ ਮੈਂ ਤੁਹਾਡੇ ਜਿੰਨਾ ਵੱਡਾ ਕਦ ਹੋਊਂਗਾ? ਉਹ ਮੈਨੂੰ ਤਾਂ ਤੂੰ ਵੱਡਾ ਹੀ ਲੱਗਦਾ। ਜਾਣ ਕੇ ਨਾ ਕੋ ਤੁਸੀਂ। ਅੱਛਾ ਦੇਖ, ਜਦ ਮੈਂ ਤੇਰੀ ਉਮਰ ਦਾ ਸੀ ਮੈਂ ਨਹੀਂ ਸੀ ਇੰਨੀ ਤੜਕੇ ਉੱਠਦਾ, ਉਹ ਵੀ ਗੁਰਦੁਆਰੇ ਜਾਣ ਲਈ। ਤੈਨੂੰ ਤਾਂ ਮੈਂ ਉਠਾਉਂਦਾ ਵੀ ਨਹੀਂ, ਫਿਰ ਤੂੰ ਕਿਉਂ ਕੜਾਹ ਪ੍ਰਸ਼ਾਦ ਲਈ? ਉਹ ਸਿਰਫ ਕੜਾਹ ਪ੍ਰਸ਼ਾਦ ਲਈ? ਉਹ ਤਾਂ ਮੈਂ ਤੇਰੇ ਵਾਸਤੇ ਘਰ ਵੀ ਲੈ ਆਉਂਦਾ। ਪਰ ਉਦੋਂ ਤਾਂ ਕੜਾਹ ਪ੍ਰਸ਼ਾਦ ਠੰਡਾ ਹੋ ਜਾਂਦਾ ਨਾ। ਅੱਛਾ, ਫਿਰ ਤੂੰ ਮੇਰੇ ਨਾਲ ਇਹਦਾ ਮਤਲਬ ਸਿਰਫ ਕੜਾਹ ਪ੍ਰਸ਼ਾਦ ਲਈ ਜਾਣਾ? ਨਹੀਂ, ਇੱਕ ਗੱਲ ਹੋਰ ਵੀ ਹੈ। ਉਹ ਕੀ? ਜੋ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਨਾ, ਤੁਸੀਂ ਸਾਰਾ ਦਿਨ ਖੁਸ਼ ਰਹਿੰਦੇ ਹੋ। ਅੱਛਾ, ਤੁਸੀਂ ਅੰਦਰ ਅੰਦਰ ਕੁਝ ਫੀਲ ਕਰਦੇ ਹੋ। ਉਹ ਕਿਹੜੀ ਫੀਲਿੰਗ? ਬਸ ਇਹ ਨਹੀਂ ਮੈਨੂੰ ਪਤਾ, ਪਰ ਮੈਂ ਵੀ ਉਦਾਂ ਫੀਲ ਕਰਨਾ ਚਾਹੁੰਦਾ। ਓ ਸੁਰਿੰਦਰ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਸਭ ਠੀਕ ਠਾਕ? ਬਸ ਕਿਰਪਾ ਜੀ। ਚਲ ਆਪਾਂ 5 ਕੁ ਮਿੰਟ ਬੈਠਦੇ ਹਾਂ ਇੱਥੇ। ਪਾਪਾ ਜੀ, ਜਿਹੜੇ ਤੁਹਾਨੂੰ ਪਿੱਛੇ ਮਿਲ ਰਹੇ ਸੀ ਤੁਸੀਂ ਉਹ ਸਭ ਨੂੰ ਜਾਣਦੇ ਹੋ? ਹਾਂ ਪੁੱਤਰ, ਉਹ ਸਾਰੇ ਆਪਾਂ ਨੂੰ ਜਾਣਦੇ ਐ। ਮੈਨੂੰ ਵੀ। ਪਰ ਆਪਾਂ ਤਾਂ ਇਕੱਲੇ ਰਹਿੰਦੇ ਆ, ਮੇਰੇ ਕੋਲ ਤਾਂ ਸਿਰਫ ਤੁਸੀਂ ਹੋ। ਮੰਮਾ, ਵੀਰਾ, ਭਰਾ, ਚਾਚਾ ਜੀ, ਤਾਇਆ ਜੀ, ਕੋਈ ਵੀ ਨਹੀਂ। ਓ ਨਾ ਨਾ ਨਾ, ਤੈਨੂੰ ਕਿੰਨੇ ਕਿਹਾ, ਸਾਡਾ ਪਰਿਵਾਰ ਤਾਂ ਬਹੁਤ ਵੱਡਾ ਹੈ। ਪਰ ਫਿਰ ਮੈਨੂੰ ਕੋਈ ਮਿਲਿਆ ਕਦੇ ਨਹੀਂ, ਕਿੱਥੇ ਨੇ ਸਾਰੇ? ਤੂੰ ਮਿਲਣਾ ਸਾਰਿਆਂ ਨੂੰ? ਹਾਂਜੀ। ਚੱਲ ਫਿਰ ਮੈਂ ਤੈਨੂੰ ਮਿਲਾਉਣਾ। ਸੁਣਨ ਵਿੱਚ ਸ਼ਾਇਦ ਚੰਦ ਕੁਝ ਅੱਖਰ ਹੀ ਨੇ, ਪਰ ਇਹੀ ਫਤਿਹ ਜਦ ਇੱਕ ਸਿੱਖ ਦੂਸਰੇ ਸਿੱਖ ਨੂੰ ਬੁਲਾਉਂਦਾ ਹੈ ਤਾਂ ਇਹੀ ਅੱਖਰ ਦੋਹਾਂ ਦੇ ਵਿੱਚ ਇੱਕ ਅਲੱਗ ਹੀ ਰਿਸ਼ਤਾ ਬਣਾ ਦਿੰਦੇ ਨੇ। ਉਹ ਰਿਸ਼ਤਾ ਜੋ ਕਿਸੇ ਵੀ ਇਨਸਾਨੀ ਰਿਸ਼ਤੇ ਤੋਂ ਉੱਚਾ ਅਤੇ ਖਾਸ ਹੈ। ਇੱਕੋ ਨੂਰ ਤੋਂ ਜੰਮੇ ਹੋਣ ਦਾ ਅਹਿਸਾਸ, ਦਸ਼ਮੇਸ਼ ਪਿਤਾ ਦੇ ਬੱਚੇ ਹੋਣ ਦਾ ਮਾਣ, ਹਰ ਵਿਤਕਰੇ ਤੋਂ ਉੱਪਰ ਉੱਠ ਕੇ ਸਿਰਫ ਇੱਕੋ ਨਾਲ ਜੁੜਨ ਦਾ ਸੁਨੇਹਾ। ਸਿੰਘ ਦੇ ਨਾਲ ਗੁਰੂ ਦੀ ਫਤਿਹ ਹੋਵੇ, ਬਸ ਫਿਰ ਉਹਦੀ ਫਤਿਹ ਹੋਣਾ ਨਿਸ਼ਚਿਤ ਹੀ ਹੈ। ਵੱਡੀ ਤੋਂ ਵੱਡੀ ਮੁਸੀਬਤ ਵੀ ਫਤਿਹ ਦੀ ਗਰਜ ਅੱਗੇ ਬਹੁਤ ਛੋਟੀ ਪੈ ਜਾਂਦੀ ਹੈ। ਉਸ ਵੇਲੇ ਸਿੰਘ ਇਕੱਲਾ ਨਹੀਂ ਰਹਿ ਜਾਂਦਾ, ਪੂਰਾ ਖਾਲਸਾ ਪੰਥ ਉਹਦੀ ਪਿੱਠ 'ਤੇ ਆਣ ਖੜਦਾ ਹੈ। ਬੜੀ ਕਮਾਲ ਦੀ ਤਾਕਤ ਹੈ ਇਸ ਫਤਿਹ ਵਿੱਚ, ਗਵਾਹ ਇਤਿਹਾਸ ਹੈ ਇਸ ਗੱਲ ਦਾ। ਨਿੱਕੇ ਸਾਹਿਬਜ਼ਾਦਿਆਂ ਦੀ ਫਤਿਹ ਹੀ ਸੀ ਜਿਹਨੇ ਖਤਮ ਕੀਤਾ ਇੱਕ ਦੌਰ ਜ਼ੁਲਮ ਦਾ। ਆਓ ਇੱਕ ਵਾਰ ਉਸੇ ਖਾਲਸਾਈ ਗਰਜ ਨੂੰ ਮਹਿਸੂਸ ਕਰਦਿਆਂ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੈ।